ਲੋਜੀ ਇਹਨਾਂ ਮਾਵਾਂਤਿਆਂ ਨਾਲ ਜਿਹੜਾ ਹਾਸਾ ਹੋਇਆ ਇਹਦੀ ਸਟੋਰੀ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਾ ਜਿਹੜੀ ਸਾਹਮਣੇ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਟਿਕਟੋਕਰ ਤਕਰੀਬਨ ਤੁਸੀਂ ਸਾਰੇ ਨੂੰ ਜਾਣਦੇ ਹੋਣੇ ਆ ਮੇਰਾ ਨਹੀਂ ਖਿਆਲ ਕਿ ਤੁਹਾਡੇ 'ਚ ਕੋਈ ਨਹੀਂ ਜਾਣਦਾ ਹੋਣਾ ਮਹਿਕ ਬੁਖਾਰੀ ਦਾ ਨਾਮ ਹੈ ਕਿਉਂਕਿ ਇਹਦੇ ਲੱਖਾਂ 'ਚ ਫਾਲੋਅਰਜ਼ ਨੇ ਔਰ ਮਿਲੀਅਨਜ਼ 'ਚ ਇਹਦੀ ਵੀਡੀਓਜ਼ ਦੇ ਵਿਊਜ਼ ਆਉਂਦੇ ਔਰ ਜਿਹੜੀ ਦੇ ਪਿੱਛੇ ਖਲੋਤੀ ਹੋਈ ਦੀ ਮਾਂ ਹੈ ਹੋਇਆ ਕੁਝ ਇਸ ਤਰ੍ਹਾਂ ਕਿ ਇਹਦੀ ਮਾਂ ਦਾ ਕਿਸੇ 21 ਸਾਲ ਦੇ ਲੜਕੇ ਨਾਲ ਸੋਸ਼ਲ ਮੀਡੀਆ ਦੇ ਥਰੂ ਕਿਸੇ ਵੀ ਇੰਸਟਾਗ੍ਰam ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਥਰੂ 21 21 ਸਾਲ ਔਰ ਸੋਸ਼ਲ ਮੀਡੀਆ ਤੋਂ ਰابطਾ ਵੱਧਾ-ਵੱਧਾ ਇਹਨਾਂ ਦੋਵਾਂ ਇੱਕ ਦੂਸਰੇ ਦੇ ਨੰਬਰ ਐਕਸਚੇਂਜ ਕੀਤੇ ਦੋਵਾਂ ਦਾ ਆਪਸ ਵਿੱਚ ਤੱਲਕ ਹੋਰ ਜ਼ਿਆਦਾ ਵੱਧ ਗਿਆ ਔਰ ਆਸਤਾ-ਆਸਤਾ ਉਹਨਾਂ ਇੱਕ ਦੂਸਰੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਕਿਸੇ ਰੈਸਟੋਰੈਂਟ 'ਚ ਕਿਸੇ ਕੈਫੇ 'ਚ ਜਾਂ ਕਿਸੇ ਵੀ ਬਾਰ ਕਿਸੇ ਜਗ੍ਹਾ ਤੇ ਇੱਕ ਦੂਸਰੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਤਿੰਨ ਸਾਲ ਇਹਨਾਂ ਦਾ ਤੱਲਕ ਚੱਲਿਆ ਤਿੰਨ ਸਾਲ ਬਾਅਦ ਜਿਹੜੀ ਮਹਿਕ ਬੁਖਾਰੀ ਦੀ ਮਾਂ ਹੈ ਮੇਰਾ خیال ਕਿ ਅਨਸਰੀਨੀ ਦਾ ਨਾਮ ਹੈ ਇਸ ਜਦੂ ਇਸ ਉਸ ਤਲਕ ਨੂੰ ਤੰਗ ਪਾ ਗਈ ਤੇ ਇਸ ਉਸ ਲੜਕੇ ਤੋਂ ਜਾਨ ਛਡਾਣੇ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਲੜਕੇ ਨੇ ਇਦੀ ਜਾਨ ਛੱਡਣ ਤੋਂ ਜਾਂ ਤਲਕ ਤੋੜਨੇ ਤੋਂ ਇਨਕਾਰ ਕਰ ਦਿੱਤਾ ਉਹ ਬੜਾ ਅਪਸੈਟ ਸੀ ਉਹ ਇਹ ਤਲਕ ਖਤਮ ਰਿਸ਼ਤਾ ਖਤਮ ਕਰਨਾ ਨਹੀਂ ਸੀ ਚਾਹੁੰਦਾ ਤੇ ਉਸ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਉਸ ਕਿਸ ਤਰ੍ਹਾਂ ਕੀਤਾ ਕਿ ਉਸ ਆਖਿਆ ਮੈਂ ਤੇਰੀ ਵੀਡੀਓਜ਼ ਜਾਂ ਫੋਟੋਜ਼ ਜਿਹੜੀਆਂ ਮੇਰੇ ਕੋਲ ਨੇ ਮੈਂ ਉਹ ਸੋਸ਼ਲ ਮੀਡੀਆ ਤੇ ਲੀਕ ਕਰ ਦੇਵਾਂਗਾ ਜਾਂ ਤੇਰੇ ਖਾਮਦ ਨੂੰ ਜਾਂ ਤੇਰੇ ਬੇਟੇ ਨੂੰ ਮੈਂ ਦੱਸਾਂਗਾ ਇਹ ਬਲ blackmail ਹੋਣਾ ਸ਼ੁਰੂ ਹੋ ਗਈ ਇਹ ਇਸ ਗੱਲ ਤੋਂ ਬੜੀ ਪਰੇਸ਼ਾਨ ਹੋਈ ਔਰ ਉਸ ਆਖਿਆ ਮੈਂ ਤੇਰੇ ਤੇ ਬੜਾ ਪੈਸਾ ਖਰਚ ਕੀਤਾ ਹੈ ਮੈਂ 3000 ਪੌਂਡ ਤੇਰੇ ਤੇ ਖਰਚ ਕੀਤੇ ਹੈ ਤੇ ਮੈਂ ਤਲਕ ਨਾ ਖਤਮ ਕਰ ਸਕਦਾ ਇਹ ਜਦੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਬਜਾਏ ਇਸ ਦੇ ਕੇ ਪੁਲਿਸ ਨੂੰ ਦੱਸਦੀ ਇਸ ਆਖਿਆ ਕਿ ਮੈਂ ਆਪਣੀ ਬੇਟੀ ਨਾਲ ਗੱਲ ਕਰਨੀ ਹੈ ਇਸ ਆਪਣੀ ਬੇਟੀ ਜਿਹੜੀ ਹੈ ਸਾਹਮਣੇ ਹੈ ਮਹਿਕ ਬੁਖਾਰੀ ਇਸ ਇਸ ਨਾਲ ਗੱਲ ਕੀਤੀ ਇਸ ਨੂੰ ਇਸ ਆਪਣੀ ਸਾਰੀ ਪਰੇਸ਼ਾਨੀ ਦੱਸੀ ਵੀ ਇਹ ਮਾਮਲਾ ਮੇਰੇ ਨਾਲ ਹੋਇਆ ਹੈ ਤੇ ਉਸ ਜਦੋਂ ਗੱਲ ਸੁਣੀ ਤਾਂ ਉਸ ਆਖਿਆ ਤੂੰ ਫਿਕਰ ਨਾ ਕਰ ਮੈਂ ਇਸ ਮਸਲੇ ਦਾ ਹੱਲ ਕੱਢ ਲਾਂਗੀ ਉਸ ਵੀ ਪੁਲਿਸ ਨਾਲ ਰابطਾ ਕਰਨ ਦੀ ਬਜਾਏ ਕਿ ਸਾਨੂੰ ਬਲੈਕਮੇਲ ਕਰ ਰਿਹਾ ਉਸ ਆਖਿਆ ਮੈਂ ਖੁਦ ਇਸ ਮਸਲੇ ਦਾ ਹੱਲ ਕੱਢ ਲਾਂਗੀ ਉਸਕੇ ਕੀਤਾ ਆਪਣੇ ਚੰਗੇ ਦੋਸਤਾਂ ਨਾਲ ਗੱਲ ਕੀਤੀ ਦੋਸਤਾਂ ਨੂੰ ਆਖਿਆ ਵੀ ਇਹ ਮਸਲਾ ਹੈ ਤੇ ਆਲੋ ਕੱਢਣਾ ਉਹਨਾਂ ਵੀ ਇਹ ਗੱਲ ਕੀਤੀ ਵੀ ਕੋਈ ਮਸਲਾ ਨਹੀਂ ਅਸੀਂ ਹੱਲ ਕੱਢ ਲਾਂਗੇ ਪਹਿਲਾਂ ਤੇ ਉਹਨਾਂ ਉਸ ਲੜਕੇ ਨੂੰ ਬੁਲਾਇਆ ਕਿਸੇ ਸੁਪਰਮਾਰਕੀਟ ਦੀ ਕਾਰ ਪਾਰਕ 'ਚ ਉੱਥੇ ਬੁਲਾ ਕੇ ਉਹਦੇ ਨਾਲ ਗੱਲਬਾਤ ਕੀਤੀ ਔਰ ਉਹਨੂੰ ਆਖਿਆ ਵੀ ਤੂੰ ਜਿਹੜੇ ਪੈਸੇ ਆਨੇ ਨਾ ਇਹ ਤੇਰੇ ਪੈਸੇ ਨੇ 3000 ਪੌਂਡ ਤੇ ਤੂੰ ਜਿਹੜਾ ਨਾ ਉਹਨੇ ਰਿਸ਼ਤਾ ਖਤਮ ਕਰ ਦੇ ਤੇ ਅੱਜ ਤੋਂ ਬਾਅਦ ਕਿਸੇ ਕਿਸਮ ਦਾ ਤੂੰ ਰابطਾ ਨਹੀਂ ਕਰਨਾ ਉਸੋ ਫਿਰ ਵੀ ਇਨਕਾਰ ਹੀ ਕੀਤੀ ਉਸ ਆਖਿਆ ਮੈਂ ਨਹੀਂ ਰਿਸ਼ਤਾ ਖਤਮ ਕਰਨਾ ਉਹ ਇਸ ਗੱਲ ਨੂੰ ਇਨਾਮ ਮੰਨੇ ਆ ਉਥੋਂ ਉਹ ਚਲੇ ਗਏ ਉਹ ਜਿਹੜੇ ਦੋਸਤ ਉਹ ਵੀ ਵਾਪਸ ਚਲੇ ਗਏ ਉਹਨਾਂ ਕੋਲ ਜੋ ਦੋਸਤਾਂ ਨਾਲ ਗੱਲ ਕੀਤੀ ਤੇ ਉਹਨਾਂ ਸਲਾਹ ਕੀਤਾ ਕਿ ਇਹਨਾਂ ਨਾਲ ਕੋਹੋਲ ਆਟ ਕੱਢਣੇ ਆ ਹੁਣ ਅੱਗੂ ਕੀ ਹੋਇਆ ਕਿ ਅੱਗੂ ਉਹਨਾਂ ਉਹਨੂੰ ਕਿਸੇ ਜਗ੍ਹਾ ਤੇ ਬੁਲਾਇਆ ਉਹ ਆਪਣੇ ਦੋਸਤ ਨੂੰ ਲੈ ਕੇ ਆਇਆ ਉਹ ਜਦੋਂ ਉੱਥੇ ਆਪਣੇ ਦੋਸਤ ਨੂੰ ਲੈ ਕੇ ਆਇਆ ਤੇ ਉਹਨਾਂ ਤੱਕਿਆ ਵੀ ਉਹ ਅੱਗੇ ਕਾਫੀ ਬੰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਸਾਨੂੰ ਮਾਰਨਾ ਹੀ ਆ ਸਾਡੇ ਨਾਲ ਕੋ ਕਿਸੇ ਕਿਸਮ ਦਾ ਨਸਾੜੇ ਦਿੱਤਾ ਚਾਹਤ ਕਰਨਾ ਤੇ ਉਹਨਾਂ ਇਹ ਮਹਿਸੂਸ ਕੀਤਾ ਵੀ ਉਥੋਂ ਨਿਕਲ ਜਾਣੇ ਆ ਉਹ ਉਥੋਂ ਨਿਕਲੇ ਤੇ ਇਹਨਾਂ ਕੋਲ ਦੋ ਗੱਡੀਆਂ ਸੀ ਇਹ ਵੀ ਉਥੋਂ ਉਹਦੇ ਪਿੱਛੇ ਪਿੱਛੇ ਨਿਕਲ ਗਏ ਇਹਨਾਂ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਉਹ ਮੋਟਰਵੇ ਤੇ ਚੜ ਗਿਆ ਇਹ ਵੀ ਉਹਦੇ ਪਿੱਛੇ ਮੋਟਰਵੇ ਤੇ ਚੜ ਗਏ ਉਸ ਪੁਲਿਸ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੇਰੀ ਜਾਨ ਨੂੰ ਖਤਰਾ ਹੈ ਤੇ ਜਰੀ ਕਾਲੇ ਉਹਨਾਂ ਮੋਟਰਵੇ ਸੀ ਮੋਟਰਵੇ ਤੇ ਉਹ ਜਾ ਰਹੀ ਸੀ ਤੇ ਪੁਲਿਸ ਇੱਕਦਮ ਤੇ ਪਹੁੰਚ ਨਹੀਂ ਸਕਦੀ ਜਾਨ ਨੂੰ ਖਤਰਾ ਹੈ ਪਿੱਛੇ ਮੇਰੇ ਦੋ ਗੱਡੀਆਂ ਮੈਨੂੰ ਫਾਲੋ ਕਰ ਰਹੀਆਂ ਤੇ ਉਹ ਮੈਨੂੰ ਮਾਰਨਾ ਚਾਹੁੰਦੇ ਨੇ ਉਹਨਾਂ ਪੁਲਿਸ ਨੂੰ ਫੋਨ ਕੀਤਾ ਤੇ ਇਤਨੀ دیر ਇਹ ਗੱਡੀਆਂ ਉਹਨੂੰ ਫਲ ਕਰਦਿਆਂ ਕਰਦਿਆਂ ਜਿਸ ਤਰ੍ਹਾਂ ਉਸੀ ਪੰਜਾਬੀ ਚਾਹਨੇ ਨਾ ਕਿ ਨਾ ਉਹਨੂੰ ਸੈੱਡ ਕਰਾਈ ਉਹ ਦੋ ਮੁੜੇ ਸੀ ਇੱਕ ਮੁੜਾ ਤੇ ਬਿਲਕੁਲ ਜਿੱਦਾ ਇਸ ਸਾਰੇ ਮਾਮਲੇ ਚ ਤੱਲਕ ਹੀ ਕੋ ਨਹੀਂ ਸੀ ਉਹਦਾ ਦੋਸਤ ਸੀ ਉਹਦੇ ਨਾਲ ਤੇ ਇੱਕ 21 ਸਾਲ ਦਾ ਲੜਕਾ ਸੀ ਇਹਨਾਂ ਉਹਨੂੰ ਸੈੱਡ ਕਰਾਈ ਸੈੱਡ ਕਰਾਈ ਚ ਉਹ ਗੱਡੀ ਮੋਟਰਵੇ ਤੋਂ ਥੱਲੇ ਢਲੀ ਸਪੀਡ ਸੀ ਸਪੀਡ ਚ ਢਲੀ ਤੇ ਉਸ ਗੱਡੀ ਅੱਗ ਪਗੜ ਲਈ ਉਹਨੂੰ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ 10 ਤਕਰੀਬਨ ਅਧਨ ਕੇ 10 ਕਿ ਮਿੰਟ ਬਾਅਦ ਉਥੇ ਪੁਲਿਸ ਪਹੁੰਚੀ ਜਦੋਂ ਉੱਥੇ ਪੁਲਿਸ ਪਹੁੰਚੀ ਉਹਨਾਂ ਸਾਰੇ ਵਾਕਿਆਤ ਦੇਖਿਆ ਉਹ ਵਿਚਾਰੇ ਅੱਗ 'ਚ ਜਲਸ ਚੁਕੇ ਸੀ ਮਰ ਚੁਕੇ ਸੀ ਔਰ ਉਹਨਾਂ ਜਿਹੜੀਆਂ ਉਹ ਗੱਡੀਆਂ ਸੀ ਸੀਸੀਟੀਵੀ ਤੇ ਉਹਨਾਂ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਕੈਮਰਾ ਸ਼ੈਮਰਾ ਜਿਸ ਤਰ੍ਹਾਂ ਵੀ ਉਹਨਾਂ ਕਰਕੇ ਉਹਨਾਂ ਤੱਕ ਤੋੜ ਪਹੁੰਚੇ ਕਿਸ ਤਰ੍ਹਾਂ ਪਹੁੰਚੇ ਉਹ ਜ਼ਰਾ ਲੰਬੀ ਹੋ ਜਾਏਗੀ ਵੀਡੀਓ ਉਹ ਤੋੜ ਪਹੁੰਚੇ ਤੋੜ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਨ ਤੋਂ ਬਾਅਦ ਉਹਨਾਂ ਨੂੰ ਕੋਰਟ 'ਚ ਖੜਿਆ ਗਿਆ ਕੋਰਟ 'ਚ ਖੜਨ ਤੋਂ ਬਾਅਦ ਇਹਨਾਂ ਦੋਵਾਂ ਮਾਮਾਤਿਆਂ ਨੂੰ ਇੱਕ ਨੂੰ ਮਿਰਹਲੇ 29 ਸਾਲ ਔਰ ਇੱਕ ਨੂੰ 31 ਸਾਲ ਦੀ ਕੈਦ ਹੋਈ ਹੈ ਸਜ਼ਾ ਹੋਈ ਹੈ ਇਹ ਇਹਨਾਂ ਨਾਲ ਵਾਕਿਆ ਹੋਇਆ ਹੈ ਇੱਥੇ ਮੈਂ ਇੱਕ ਛੋਟੀ ਜੀ ਗੱਲ ਇੱਕ ਛੋਟੀ ਜੀ ਗੱਲ ਮੈਂ ਐਡ ਕਰਾਂਗਾ ਕਿਸੇ ਨੂੰ ਅਗਰ ਬੁਰੀ ਨਾ ਲੱਗੇ ਕਿ ਜਿਹੜਾ ਗੁਨਾਹ ਹੈ ਨਾ ਸੱਚੀ ਗੱਲ ਹੈ ਉਹਦੀ ਲੱਜ਼ਤ ਬਿਲਕੁਲ ਆਰਜ਼ੀ ਹੈ ਉਹਦੀ ਲੱਜ਼ਤ ਬਿਲਕੁਲ ਆਰਜ਼ੀ ਹੈ ਲੇਕਿਨ ਉਸ ਤੋਂ ਬਾਅਦ ਦੁਨੀਆ 'ਚ ਵੀ ਤੇ ਆਖਰਤ 'ਚ ਵੀ ਤੁਹਾਡੇ ਵਾਸਤੇ ਰਸਵਾਈ ਰਸਵਾਈ ਹੈ